ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਜੀ ਬਹੁਤ ਵਧੀਆ ਹੋਵੋਗੇ। ਸੋ ਅੱਜ ਦੀ ਖਬਰ ਲੈ ਕੇ ਆਏ ਹਾਂ ਜੀ ਪਿੰਡ ਬਿਲਗੇ ਤੋਂ। ਬਿਲਗੇ ਦੀ ਜਿਹੜੀ ਇੱਕ ਕਮੇਟੀ ਬਣੀ ਸੀਗੀ ਅਤੇ ਉਹਦੀ ਅੱਜ ਟਰਮ ਜਿਹੜੀ ਹੈਗੀ ਆ ਉਹ ਪੂਰੀ ਹੋ ਗਈ। ਪੂਰੀ ਹੋਣ 'ਤੇ ਜਦੋਂ ਕਿ MLA ਇੰਦਰਜੀਤ ਕੌਰ ਮਾਨ ਕੋਧਰ ਹਲਕਾ ਪਹੁੰਚੇ ਨੇ ਅਤੇ ਉਹਨਾਂ ਦਾ ਸਤਿਕਾਰ ਵੀ ਬੜਾ ਕੀਤਾ ਅਤੇ MLA ਸਾਹਿਬ ਨੇ ਵੀ ਬੜਾ ਸਤਿਕਾਰ ਕੀਤਾ। ਉਹ ਜਿਹੜੇ MC ਨੂਰ ਨੇ ਉੱਥੇ ਦੇ ਬਿਲਗੇ 'ਤੇ ਬਣੇ ਸੀ। ਪਰ ਗੱਲ ਇੱਕ ਪੁਆਇੰਟ ਜ਼ਰੂਰੀ ਆ ਵੀ ਨੂਰ ਮਹਿਲ ਪਿਛਲੇ ਹਫ਼ਤੇ ਜਦੋਂ ਨੂਰ ਮਹਿਲ ਦੇ ਵਿੱਚ ਇੰਦਰਜੀਤ ਕੌਰ ਮਾਨ MLA ਸਾਹਿਬ ਦੀ ਐਂਟਰੀ ਹੁੰਦੀ ਆ ਅਤੇ ਉਸ ਐਂਟਰੀ ਦੇ ਵਿੱਚ ਨੂਰ ਮਹਿਲ ਵਾਲਿਆਂ ਨੇ ਵੀ ਸਵਾਗਤ ਕੀਤਾ ਪਰ ਕਲਾਸ ਲੱਗ ਗਈ ਵਿਚਾਰਿਆਂ ਦੀ ਕਿਉਂਕਿ ਕੰਮ ਕਾਰ ਨਹੀਂ ਕੀਤੇ ਸੀ। ਇੱਕ ਗੱਲ ਤੁਸੀਂ ਹੋਰ ਕਲੀਅਰ ਕਰ ਲਓ ਕਿ ਮੈਂ ਹਰ ਮੀਟਿੰਗ 'ਚ ਸ਼ਾਮਿਲ ਹੋਊਂਗੀ, ਠੀਕ ਹੈ ਜੀ? ਕਿਉਂਕਿ ਮੈਂ ਦੇਖ ਲਿਆ ਸਾਲ ਛੱਡ ਕੇ ਕੁਛ ਨਹੀਂ, ਮਤਲਬ ਇੱਕ ਕਹਿੰਦੇ ਹੁੰਦੇ ਕਿ ਇੱਕ ਇੰਚ ਵੀ ਨਹੀਂ ਤੁਸੀਂ ਹਿੱਲੇ ਜੁੱਲੇ, ਹੈ ਨਾ? ਮੈਂ ਭੜਕ ਨੂੰ ਜਵਾਬ ਵੀ ਦੇਣਾ ਲੋਕਾਂ ਨੂੰ। ਅਸੀਂ ਕਿਸੇ ਭਰੋਸੇ 'ਤੇ ਆਏ ਹਾਂ, ਲੋਕਾਂ ਨੇ ਕਿਸੇ ਗੱਲ ਨੂੰ ਵੋਟਾਂ ਪਾਈਆਂ, ਕਿਸੇ ਲੋਕਾਂ ਨੇ ਕਿਸੇ ਚੇਂਜ ਨੂੰ ਵੋਟਾਂ ਪਾਈਆਂ। ਜੇ ਅਸੀਂ ਇੱਕ 8 ਮਹੀਨਿਆਂ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕੇ ਇਹਦਾ ਮਤਲਬ ਵੀ ਜੇ ਮੈਂ ਇਨਵੋਲਵ ਨਹੀਂ ਹੁੰਦੀ ਤਾਂ ਨਹੀਂ ਹੋਣਾ ਕੁਛ ਵੀ। ਇਸ ਕਰਕੇ ਮੈਂ ਹਰ ਮੀਟਿੰਗ ਦੇ ਵਿੱਚ ਸ਼ਾਮਿਲ ਹੋਊਂਗੀ। ਤੁਹਾਡਾ ਹੈ, ਤੁਹਾਡਾ ਕੰਪਿਊਟਰ ਨਹੀਂ ਚੱਲਦਾ ਤਾਂ ਫਿਰ ਪ੍ਰਿੰਟ ਕੱਢ ਕੇ ਲਿਆਓ ਨਾ। ਆਹ ਕੀ ਤਰੀਕਾ ਹੈ? ਪ੍ਰਿੰਟ ਇਹਨੂੰ ਛੱਡ ਦਿਓ, ਪ੍ਰਿੰਟ ਲੈ ਕੇ ਆਓ। ਜਿਹੜਾ ਤੁਹਾਡੀ ਸਵੱਛ ਭਾਰਤ ਅਭਿਆਨ ਜਿਹੜਾ ਆ ਉਹਦੇ ਤਹਿਤ ਤੁਹਾਡੇ ਕੋਲ ਕਿੰਨੀ ਮਸ਼ੀਨਰੀ ਆ, ਕਿੰਨੇ ਮੁਲਾਜ਼ਮ ਆ ਤੁਹਾਡੇ ਉਹਦੇ ਤਹਿਤ? ਅੰਡਰ ਜਿਹੜੇ ਮੁਲਾਜ਼ਮ ਸਨ ਉਹ ਵੀ ਪਤਾ ਲੱਗਾ ਹੈ ਨਾ ਕਿੱਥੇ ਕਿਹੜੇ ਮੁਲਾਜ਼ਮ ਆ ਸਵੱਛ ਭਾਰਤ ਵਾਲੇ? ਕਿੰਨੇ ਮੁਲਾਜ਼ਮ ਆ ਤੁਹਾਡੇ ਕੋਲ ਸਵੱਛ ਭਾਰਤ? 17 ਕਿੰਨੇ? 38 ਤੇ 17 ਕਿੰਨੇ ਹੋ ਗਏ ਟੋਟਲ? ਹੈ 55 ਮੁਲਾਜ਼ਮ ਸ਼ਹਿਰ 'ਚ ਕੰਮ ਕਰਦੇ ਹੋਣ ਤਾਂ ਤੁਹਾਡੀ ਹਾਲਤ ਇਹ ਹੋਵੇ ਸ਼ਹਿਰ ਦੀ? ਤੁਹਾਡੇ ਕੋਈ ਕੂੜੇ ਕਰਕਟ ਚੱਕਣ ਵਾਸਤੇ ਸਾਧਨ ਨਹੀਂ? ਪਰ ਸਵੱਛ ਭਾਰਤ ਅਭਿਆਨ 'ਚ ਤੁਸੀਂ ਮਸ਼ੀਨਰੀ ਡਿਮਾਂਡ ਕਿਉਂ ਨਹੀਂ ਕੀਤੀ? ਜਿੰਨੀ ਮਰਜ਼ੀ ਲੈ ਲਓ। ਉਸ ਤੋਂ ਉਲਟ MLA ਸਾਹਿਬ ਨੇ ਬਿਲਗੇ ਦੇ MC ਦਾ ਸਤਿਕਾਰ ਕਿਉਂ ਕੀਤਾ, ਸਨਮਾਨ ਕਿਉਂ ਕੀਤਾ? ਇਹ ਸਭ ਤੋਂ ਜ਼ਰੂਰੀ ਸੀ। ਜ਼ਰੂਰੀ ਇਸ ਕਰਕੇ ਸੀ ਕਿਉਂਕਿ ਨੂਰ ਮਹਿਲ ਨੂੰ ਪਿੱਛੇ ਛੱਡਦਾ ਹੋਇਆ ਬਿਲਗਾ ਅੱਜ ਆਪਣੀਆਂ ਨਵੀਆਂ ਉਚਾਈਆਂ ਵਾਲੇ ਪਾਸੇ ਨੂੰ ਤੁਰ ਪਿਆ। ਕਿਉਂਕਿ ਇੱਕ ਨੂਰ ਮਹਿਲ ਦੇ ਵਿੱਚ ਇੱਕ ਪਾਰਕ ਬਣਿਆ ਸੀ ਜਿਹਦੇ ਵਿੱਚ ਲਗਭਗ 5 ਕਿਦਾਣਾਂ ਦੇ 18 ਲੱਖ ਰੁਪਈਆ ਲੱਗ ਕੇ ਵੀ ਪਾਰਕ ਦੀ ਦਿੱਖ ਨਹੀਂ ਚਾਹੀਦਾ ਬਣੀ। ਪਰ ਜਿਹੜੀ ਬਿਲਗੇ ਦੀ ਪਾਰਕ ਬਣਾਈ ਆ ਮੈਨੂੰ ਲੱਗਦਾ ਘੱਟੋ ਘੱਟ ਵੀ ਉਹਦੇ 'ਚ ਬਾਹਲਾ ਖਰਚਾ ਵੀ ਨਹੀਂ ਆਇਆ ਹੋਣਾ, ਗਿਣਤੀ ਦੇ ਵਿੱਚ ਪੈਸੇ ਲੱਗੇ ਹੋਣਗੇ, ਪਰ ਉਹਦੀ ਦਿੱਖ ਇੰਨੀ ਸੋਹਣੀ ਪਿੰਡ ਦੇ ਵਿੱਚ ਬਣਾ ਦਿੱਤੀ ਗਈ ਵੀ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ। ਪਰ ਮੇਨ ਚੀਜ਼ ਗੱਲ ਇਹ ਕਿ ਆਉਂਦੀ ਆ ਵੀ ਜਿਹੜੇ MCs ਨੇ ਉਹ ਜ਼ਿੰਮੇਵਾਰੀਆਂ ਕੀ ਨੇ, ਕੌਂਸਲਰ ਦੀਆਂ ਜ਼ਿੰਮੇਵਾਰੀਆਂ ਕੀ ਨੇ? ਕੀ ਉਹ 5 ਸਾਲ ਸਿਰਫ ਤੋਂ ਸਿਰਫ ਇਹ ਚੀਜ਼ਾਂ ਦੇਖ ਕੇ ਕੱਢਣਗੇ ਵੀ ਪ੍ਰਧਾਨ ਸਾਹਿਬ ਉੱਪਰੋਂ ਕੋਈ ਫੈਸਲਾ ਕਰਨਗੇ ਤਾਂ ਅਸੀਂ ਕੁਛ ਕੰਮ ਕਰਨੇ ਆ, ਜਾਂ ਸਾਨੂੰ ਸਰਕਾਰ ਕੋਈ ਫੰਡ ਦੇਵੇਗੀ ਤਾਂ ਕਰਦੇ ਹਾਂ? ਕਿਉਂਕਿ ਹਰੇਕ ਕਮੇਟੀ ਕੋਲ ਕੁਛ ਨਾ ਕੁਛ ਆਪਣਾ ਫੰਡ ਜ਼ਰੂਰ ਹੁੰਦਾ ਆ। ਸੋ ਉਹੀ ਚੀਜ਼ਾਂ ਨੂਰ ਮਹਿਲ ਦੇ ਕੋਲ ਨਹੀਂ ਸੀ ਅਤੇ ਬਿਲਗਾ ਅੱਜ ਬਾਜ਼ੀ ਮਾਰ ਗਿਆ। ਬਿਲਗੇ ਦੇ ਵਿੱਚ ਇੱਕ ਬਹੁਤ ਹੀ ਵਧੀਆ ਮਾਹੌਲ ਸੀ ਅਤੇ ਆਓ ਹੁਣ ਤੁਹਾਨੂੰ ਪੂਰੀ ਦੀ ਪੂਰੀ ਰਿਪੋਰਟ ਦਿਖਾ ਦਈਏ ਜਿਵੇਂ ਕਿ ਜਿਹਦੇ ਵਿੱਚ ਇਕੱਲੀ ਇਕੱਲੀ ਚੀਜ਼ MLA ਸਾਹਿਬ ਉਹਨਾਂ ਨੇ ਦੱਸੀ ਆ, MLA ਸਾਹਿਬ ਉਹਨਾਂ ਨੇ ਸਤਿਕਾਰ ਵੀ ਕੀਤਾ ਅਤੇ ਕਿਵੇਂ ਲੋਕ ਉਹਨਾਂ ਦੇ ਕੋਲ ਆ ਕੇ ਮਿਲਦੇ ਨੇ। ਸੋ ਥੈਂਕ ਯੂ ਸੋ ਮਚ ਜੀ, ਧੰਨਵਾਦ। ਸਾਲ ਆਉਂਦੇ ਲੰਘਦੇ ਜਾਂਦੇ ਆ, ਹਰ ਸਾਲ ਪਰਮਾਤਮਾ ਨਵਾਂ ਸਾਲ ਸਭ ਲਈ ਸ਼ੁਭਕਾਮਨਾਵਾਂ ਲੈ ਕੇ ਆਵੇ, ਘਰਾਂ 'ਚ ਖੁਸ਼ੀਆਂ ਬਣੀਆਂ ਰਹਿਣ, ਪਿਆਰ ਇਤਫਾਕ ਨਗਰ ਦਾ ਆਪਸ ਦੇ ਵਿੱਚ ਬਣਿਆ ਰਹੇ। ਪਹਿਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਵਧਾਈ ਦੇ, ਜ਼ਿਆਦਾ ਵਧਾਈ ਦੇ ਇਸ ਕਰਕੇ ਪਾਤਰ ਹੋ, ਤੁਸੀਂ ਤਾਂ ਨਗਰ ਨੇ ਤੁਹਾਨੂੰ ਮੰਨ ਦਿੱਤਾ ਕਿ ਤੁਸੀਂ ਪਹਿਲੀ ਨਗਰ ਕੌਂਸਲ ਦੇ ਮੈਂਬਰ ਹੋ। ਇਹ ਇਤਿਹਾਸ ਹੁੰਦੇ ਆ, ਇਹ ਯਾਦ ਰੱਖਣ ਵਾਲੀਆਂ ਚੀਜ਼ਾਂ ਨੇ, ਔਰ ਹਮੇਸ਼ਾ ਤੁਸੀਂ ਖੁਦ ਨਹੀਂ ਤੁਹਾਡੀਆਂ ਪਿੱਛੇ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਅਸੀਂ ਪਹਿਲੇ ਨਗਰ ਕੌਂਸਲ ਦੇ ਮੈਂਬਰ ਹਾਂ, ਤੁਹਾਡੀ ਪਹਿਲੀ ਵਾਰੀ ਨਗਰ ਕੌਂਸਲ ਬਣੀ ਅਤੇ ਤੁਸੀਂ ਉਹਦੇ ਮੈਂਬਰ ਬਣੇ ਹੋ। ਬਹੁਤ ਅੱਛੇ ਕੰਮ ਹੋਏ, ਬਹੁਤ ਸੋਹਣੇ ਕੰਮ ਹੋਏ ਆ, ਜਿਹੜੇ ਕੰਮ ਰਹਿ ਗਏ ਆ ਆਪਾਂ ਸਭ ਨੇ ਮਿਲ ਜੁਲ ਕੇ ਉਹ ਕਰਨੇ ਆ। ਪਰਮਾਤਮਾ ਨੇ ਕਿਹਦੇ ਸਿਰ 'ਤੇ ਸਿਹਰਾ ਰੱਖਣਾ, ਕਿੰਨੀਆਂ ਸ਼ਖਸੀਅਤਾਂ ਮੈਂ ਦੁਬਾਰਾ ਦੇਖਣੀਆਂ। ਮੇਰੇ ਵੱਲੋਂ ਤਾਂ ਤੁਸੀਂ ਸਾਰੇ ਸਨਮਾਨਯੋਗ, ਤੁਸੀਂ ਵੀ ਸਾਰੇ ਰਹੋ, ਮੈਨੂੰ ਕੋਈ ਦਿੱਕਤ ਨਹੀਂ। ਆਪਣਾ ਮਕਸਦ ਜਿਹੜਾ ਉਹ ਸਿਰਫ ਅਤੇ ਸਿਰਫ ਨਗਰ ਦੀ ਭਲਾਈ ਦਾ ਕਿ ਅਸੀਂ ਨਗਰ ਪੰਚਾਇਤ ਆਪਣੀ ਨੂੰ ਬਿਹਤਰ ਕਿਵੇਂ ਕਰਨਾ, ਜਿਹੜੀਆਂ ਜਿਹੜੀਆਂ ਸਹੂਲਤਾਂ ਇੱਥੇ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਕਿਵੇਂ ਲੈ ਕੇ ਆਉਣਾ, ਬਹੁਤ ਸਾਰੀਆਂ ਚੀਜ਼ਾਂ ਸਫਾਈ ਪੱਖੋਂ। ਵਾਕਿਆ ਹੀ ਮੈਂ ਇਲੈਕਸ਼ਨ ਦੌਰਾਨ ਗਲੀਆਂ ਘੁੰਮੀਆਂ, ਸਾਰਾ ਕੁਛ ਦੇਖਿਆ ਸੀ, ਸਫਾਈ ਪੱਖੋਂ ਵਾਕਿਆ ਹੀ ਬਿਲਗਾ ਕਾਫੀ ਸਾਫ਼ ਸੁਥਰਾ। ਔਰ ਤੁਸੀਂ ਸਕੂ ਕੋਲਜ ਦੀ ਗੱਲ ਕਰਦੇ ਸੀ, ਇਸ ਕੋਲਜ ਅਸੀਂ ਕੋਸ਼ਿਸ਼ ਕਰੀਏ ਕਿ ਬਈ ਮੈਂ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰੂੰਗੀ ਕਿ ਅਸੀਂ ਸਿਰਫ ਕੁੜੀਆਂ ਨਹੀਂ, ਸਾਂਝਾ ਗੌਰਮੈਂਟ ਕੋਲਜ ਇੱਕ ਇੱਥੇ ਬਿਲਗੇ 'ਚ ਲੈ ਕੇ ਆ ਸਕੀਏ ਤਾਂ ਕਿ ਪੂਰੇ ਬਾਕੀ ਵੀ ਪੂਰੇ ਹਲਕੇ ਨੂੰ ਇਹਦੀ ਰਹਿਨਮਾਈ ਮਿਲੇ। ਸਭ ਤੋਂ ਪਹਿਲਾਂ ਸਮੂਹ ਨਗਰ ਨਿਵਾਸੀਆਂ ਨੂੰ, ਬਿਲਗਾ ਨਗਰ ਪੰਚਾਇਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਸਭ ਨੂੰ ਸ਼ੁਭਕਾਮਨਾਵਾਂ। ਪਰਮਾਤਮਾ ਹਰ ਇੱਕ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ,
सुख शांति नगर के वसे तो पंजवें पातशाह साहिब श्री गुरु अर्जन देव जी की इस नगरी दिन दोगुनी रात चौगुनी तरक्की करे। अज नगर कौंसल बिलगा दे विच पहला कौंसलर्स वास्ते जिहड़ी नगर पंचायत बनी उहदा वधाईगी समारोह रख्या गया सी कि भी आखिरी समा आ गया जी 7 तरीक नूं जिहड़ी है नगर कौंसल का टन्योर पूरी होण जा रही है। उहदे संबंध दे विच सारे नगर कौंसल दे कौंसलर साहिबान इकट्ठे होए ने प्रधान जी ने और उन्हां दा वधाईगी समारोह किया गया। मैनूं बहुत खुशी हुई है कि इह इक इहो जिहे जिहड़ियां चीज़ां क्योंकि पहला इतिहासक गल यह आ कि यह इतिहास के दर्ज होने वाली चीज़ है कि यह जी टन्योर सी ये नगर कौंसल की पहली टन्योर सी और ये पहले मैंबर सन जिन्होंने अपना टाइम पूरा कर जा रहे हैं। बहुत सोहने काम किए आ, बहुत सोहने काम उन्होंने ये भी कहा कि कुछ काम उन्होंने सपने से जोड़े रह भी गए हैं वो आने वाली नगर कौंसल पूरी करेगी। सब सारी नगर कौंसल को बहुत बहुत मुबारक, बहुत बहुत मुबारक समूह बिलगा निवासियों। अज एक पार्क का उद्घाटन कर आए हैं कि बड़ा सोहना दृश्य दिख रहा पार्क का, सियाल का करके घा थोड़ी जी मध्यम दिख रही है और इत्थे बच्चों वास्ते उन्होंने खेडन वास्ते झूले वगैरह लगाए गए हैं। ओपन जिम स्थापित किया जा रहा जिहदे विच किसी भी टाइम कोई भी चाहे लेडीज़ या जेंट्स कोई भी आके अपनी वर्जिश कर सकता। ये एक हैल्थी सोच आ और नगर के विचाले आ जिहड़ी चीज़ों की जरूरत आ क्योंकि भीड़िया गलिया तो नगर की जनसंख्या के हिसाब के नाल एक ओपन जगह होनी बहुत जरूरी है जिथे आके बजुर्ग बैठ सकते हैं, जिथे आके बच्चे खेड सकते हैं, जिथे बीबिया अपना काम कार मुका के बैठ सकदियां वर्जिश कर सकदियां। बहुत सोहनी सोच तो बहुत सार्थक नतीजा भी यदा आने वाले समय के सामने आएगा और इस पार्क दियाँ इस महल्ले नूं जिथे ये बनया हुआ बहुत बहुत मुबारक जी। मैडम जी ये पहला ओपन जिम जिहड़ा बिलगे विच शुरुआत हुई आ, अगले जिहड़े होर पार्क आ बिल्कुल जिथे जिथे मेरा अपनी एक सोच है और अपना मेरी ये सलाह भी रहूगी नगर कौंसल नूं भी जिथे कितने जगह पई है, मन लो कि भी नगर के जिथे जिथे जगह पई उन्हूं एटलीस्ट जदों तक वो होर डिवेलपमेंट होनी पार्क जरूर बना लो ताकि एक एक देखने भी सोहना लगता और लोगों को बैठ बैठन उठन जगह मिल जाए। जिथे जिथे भी नगर कौंसल की जगह जी हो किसी यूज़ के हजे नहीं आ रही उत्थे पार्कां भी बनाई जाएगियां, उत्थे ओपन जिम होर भी जोड़े स्थापित किए जाएंगे। मतलब एक एंट्री थोड़ी नूर महल की जिद भी एक नूर महल के कामों के बारे गल हुई थी, दूजी एंट्री थोड़ी बिलगे हम पार्क की गल कर लिए एक नूर महल पार्क बनी 18 लाख लग के एक पार्क नूर महल बिलगे की है किमें देखते हो दोनों धिर? गल काम की तो समर्पण की होंगी है, गल नुमाइंदगी की होंगी कि नुमाइंदगी कौन कर रहा और दूसरा डेडिकेशन की होंगी है कि अपने शहर वास्ते अपने नगर वास्ते डेडिकेशन किन्नी क्या नगर कौंसल। बस उही फर्क आ कि इत्थे बना के तो सारा लोगों के हवाले कर दिता गया, उत्थे बना के तो इनक्वायरियां चल दियां और आने वाले टाइम के पता नहीं वह की बनता जी। बाकी मैडम जी पार्क तो अभी बहुत खुश हाँ जी, बनिया सुधरी आ पर नशेड़ियां दा घर थोड़ा जिहा बढ़ गया। मैडम मेरे नाल सवाल जोड़ देना, पहला ये गेट बने इत्थे जी सवाल जोड़ देने भी जिहड़ी इहदी चार दवारी आ साडा तो हजे नीचे लोकां दीआं कंधां लगदियां भी जिहड़ी चार दवारी करके इहनूं जाली जां गेट लगण दे विच अगला की प्रोसैस है? यही काम जिहड़ा अगला नैक्सट प्रोसैस ही इह आ कि सब तो पहलों इहनूं इहदा आला दुआला सोहणा बनाया जावे। जिवें दियां मैं कंधां देख रही हाँ इहदे नाल पार्क की दिख नहीं बनती, इहनूं बकायदा इह कंधां नूं दुबारा तो ढा के इहदी जाली भी एटलीस्ट जिहड़ियां कंधां सिर्फ कौले होण ते जाली लगी होवे ट्रांसपेरेंट जिहड़ा अंदर बाहर तुरिया फिरदिआं नूं सारा कुछ नज़र आउंदा होवे और खास नज़र रखी जावे कि इत्थे जिहड़े शरारती अंसर जां गलत अंसर जिहड़े इकट्ठे ना होण। और इत्थे बिलगा पुलिस भी इत्थे हैगी आ, SHO साहब थानू भी मैं ये कहनी कि भी तुसी इत्थे चक्कर रखना सवेरे शाम, थानू पता कि इस टाइम इन्हां चीज़ों का हुंदा कि तुसी अपना गेड़ा जरूर रखना, ये ना होवे कि ये पार्क जिहड़ी वो नशे वालिआं दा अड्डा बन जाए। कोई नहीं, मैं कर दी थोड़े नाल गल। चोणा तो पहला जे कह लो कि भी इनू चोणा नू ना लैके बिलगे दे काम सारे आपां जिहड़े ओह उलीकणे आ करने आ, उहदे विच इह नहीं कि चोणा नू मुख रख के करने आ, रैगूलर काम जिहड़े हुण चलणगे ओह हमेशा इदां ही चलणगे। सब तो पहला असीं जिहड़ा पिछले साल अपने बरसात दे विच पाणी दी वजह कारण
छप्पड़ा का छप्पड़ के पानी के नाल लोगों का नुकसान होया सी उहदे वल ध्यान दिता जाऊगा और जिहड़ा खास करके उही छप्पड़ जिहने तबाही मचाई सी इत्थे कुछ पेमेंट आ रही है उहनू असीं इस ढंग दे नाल उन्ना क कर लईए जे सीवरेज पै रहा कि वी जिहदे नाल लोगों का कोई नुकसान ना होवे। ETP प्लांट जिहड़ा उहदी जगह मंजूर हो चुकी आ उहदे वास्ते जल्दी फंड आ रहा वो असीं करन जा रहे हां। और सब तो अहम गल जिहड़ी आ कि बिलगे दा रिंग रोड एक आउटर रिंग रोड आ जिहदी मंजूरी हो चुकी आ CM साहब वालों उहदा प्रोसैस स्टार्ट हो गया। वह बिलगे दे बार तकरीबन चार शफेरा जिहड़ा आ उहनू सारे पिंडां नू जोड़न वास्ते और बिलगे नू राहत देण वास्ते एक अंदरला रिंग रोड आ जिहड़ा कितें पता नहीं किहड़े ज़मानियां तों पिया आ कि कुछ उहदी हिम्मत दा करके कि वी उहनू शुरू किवें करवाउणा जां उहदी निशानदेही किवें करवाउणी उहदा करके रुकिया पिया सी उहनू पहल दे आधार ते चालू कीता जाऊगा। उह जिहड़ा आ उहनू इमीडिएटली कोई इह ना समझे कि असीं इहनू चोणां नू मुख रख के करना, इह ज़रूरत आ बिलगे दी कि उस काम नू निपरे चाढ़िया जा सके। लाइटां मुख एजेंडा आ कि भी लाइटां चार फर्श जरूर होनिया चाहिए बिलगे दे विच, कैमरे प्रायोरिटी आ कि जिहड़ियां चोरियां चकारियां जां थां थां ते बैठ के नशे वाले कोई ना कोई नुकसान करते आ वो कैमरियां दा कीता जाएगा। और होर भी जिहड़ा जिहड़ा भी काम लोगों की डिमांड होगी वो रेगूलर चलते रहेंगे, चोणां मुख एजेंडा नहीं है, मुख एजेंडा जिहड़ी नगर की डिवेलपमेंट है।